ਜਿਹੜੀਆਂ ਦੋ ਅਹਿਮ ਤਸਵੀਰਾਂ ਜਿਹੜੀਆਂ ਰਾਜਕੁਮਾਰ ਚੱਬੇਵਾਲ ਦੀਆਂ ਦਿਖਾਈਆਂ ਸੀ, ਇੱਕ ਤਾਂ ਜੰਜੀਰਾਂ ਦੇ ਨਾਲ ਵਿਧਾਨ ਸਭਾ ਦੇ ਅੰਦਰ ਪਹੁੰਚ ਜਾਂਦੇ ਨੇ ਔਰ ਵਿਰੋਧ ਕਰਦੇ ਨੇ, ਮੁੱਖ ਮੰਤਰੀ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਜਦੋਂ ਤਾਲੇ ਵਾਲਾ ਜ਼ਿਕਰ ਜਿਹੜਾ ਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਸੀ। ਦੂਸਰਾ ਉਹ ਹੈ ਕਿ ਕਰਜ਼ੇ ਦੀ ਪੰਡ ਲੈ ਕੇ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਵਿਧਾਨ ਸਭਾ ਦੇ ਅੰਦਰ ਪਹੁੰਚ ਜਾਂਦੇ ਨੇ, ਤਾਂ ਸਿਆਸਤ ਇੱਕ ਹਫ਼ਤੇ ਦੇ ਅੰਦਰ ਅੰਦਰ 360 ਡਿਗਰੀ ਕਿਵੇਂ ਘੁੰਮ ਜਾਂਦੀ ਹੈ ਔਰ ਕਿਵੇਂ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਸੇ ਨੂੰ ਸ਼ਾਮਲ ਜਿਹੜਾ ਵਾ ਉਹ ਕਰਵਾਇਆ ਜਾਂਦਾ ਹੈ ਜਾਂ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ, ਤਾਂ ਇਹ ਕਾਫ਼ੀ ਅਹਿਮ ਹੈ। ਦੂਸਰਾ ਇਹ ਹੈ ਕਿ ਦਲਿਤ ਲੀਡਰ ਨੇ ਰਾਜਕੁਮਾਰ ਚੱਬੇਵਾਲ ਔਰ ਸਿਰਫ ਹੁਸ਼ਿਆਰਪੁਰ ਹੀ ਨਹੀਂ, ਹੁਸ਼ਿਆਰਪੁਰ ਦੇ ਨਾਲ ਲੱਗਦਾ ਜਲੰਧਰ ਹਲਕਾ ਅਤੇ ਅਨੰਦਪੁਰ ਸਾਹਿਬ ਹਲਕਾ, ਇਹ ਤਿੰਨੇ ਹਲਕਿਆਂ ਦੇ ਵਿੱਚ ਰਾਜਕੁਮਾਰ ਚੱਬੇਵਾਲ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਵੈ, ਕਿਉਂਕਿ ਸਾਫ਼ ਛਵੀ ਵਾਲੇ ਮੰਨੇ ਜਾਂਦੇ ਨੇ, ਕਿਸੇ ਨਾਲ ਕੋਈ ਵਿਵਾਦ ਜਿਹੜਾ ਉਹਨਾਂ ਦਾ ਨਹੀਂ ਰਹਿੰਦਾ। 2019 ਦੇ ਵਿੱਚ ਹੁਸ਼ਿਆਰਪੁਰ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕੇ ਨੇ, ਹਾਲਾਂਕਿ ਉਹ ਚੋਣ ਹਾਰ ਗਏ ਸੀਗੇ ਔਰ ਉਸ ਤੋਂ ਬਾਅਦ 2022 ਦੇ ਵਿੱਚ ਉਹ ਜਿੱਤੇ, ਤਾਂ ਪਾਰਟੀ ਨੇ ਦਲਿਤ ਚਿਹਰਾ ਹੋਣ ਦੇ ਨਾਤੇ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਦੂਸਰੀ ਥਾਂ ਜਿਹੜੀ ਹੈ ਵਿਧਾਨ ਸਭਾ ਦੇ ਅੰਦਰ ਦਿੱਤੀ ਔਰ ਮੁੱਢਲੀ ਲੀਡਰਸ਼ਿਪ ਜਿਹੜੀ ਹੈ ਉਹ ਉਸ ਦੇ ਵਿੱਚ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਉਂਦੇ ਨੇ, ਤਾਂ ਇੱਕ ਵੱਡਾ ਸਮੀਕਰਨ ਜਿਹੜਾ ਵੈ ਉਹ ਦੇਖਣ ਨੂੰ ਮਿਲਿਆ ਵੈ। ਬਿਲਕੁਲ, ਇੱਕ ਮਿੰਟ ਲਈ ਪੰਕਜ ਰੋਕ ਰਹੇ, ਜਿਹੜੀ ਤਸਵੀਰਾਂ ਤੁਸੀਂ ਮੋਬਾਈਲ ਤੇ ਦਿਖਾ ਰਹੇ ਸੀਗੇ ਉਹ ਅਸੀਂ ਹੁਣ ਤਸਵੀਰਾਂ ਦਰਸ਼ਕਾਂ ਨੂੰ ਬਹੁਤ ਕਲੀਅਰ ਇਮੇਜਿਸ ਜਿਹੜੀ ਪੰਕਜ ਮੋਬਾਈਲ ਤੇ ਦਿਖਾ ਰਹੇ ਸੀ ਉਹ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਆਪਣੇ ਦਰਸ਼ਕਾਂ ਨੂੰ। ਸੀਐਮ ਦੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਗਲ ਵਿੱਚ ਪਟਕਾ, ਆਮ ਆਦਮੀ ਪਾਰਟੀ ਦਾ ਸੀਐਮ ਨੇ ਪਹਿਨਾਇਆ, ਸੀਐਮ ਨੇ ਸ਼ਾਮਿਲ ਕਰਾਇਆ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਡਿਪਟੀ ਲੀਡਰ ਆਫ ਅਪੋਜੀਸ਼ਨ, ਯਾਨੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਮੀਤ ਪ੍ਰਧਾਨ, ਇਹ ਕਹਿ ਲਿਆ ਜਾਵੇ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਦੇ ਜਿਹੜੇ ਡਿਪਟੀ ਲੀਡਰ ਸੀਗੇ ਰਾਜਕੁਮਾਰ ਚੱਬੇਵਾਲ, ਵਿਧਾਇਕ ਤਾਂ ਹੈਗੇ ਹੀ ਨੇ ਪਰ ਇਸ ਤੋਂ ਵੱਡੀ ਜ਼ਿੰਮੇਵਾਰੀ ਇਹ ਕਿ ਡਿਪਟੀ ਲੀਡਰ ਆਫ ਅਪੋਜੀਸ਼ਨ ਔਰ ਡਿਪਟੀ ਲੀਡਰ ਆਫ ਅਪੋਜੀਸ਼ਨ ਦਾ ਪਾਰਟੀ ਨੂੰ ਅਲਵਿਦਾ ਕਹਿਣਾ, ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਭਰੋਸਾ ਪ੍ਰਗਟਾਉਣਾ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਹੈ, ਸਿਆਸਤ ਦੇ ਵਿੱਚ ਕੁਝ ਵੀ ਇਹ ਕਹਿ ਲਿਆ ਜਾਵੇ ਕਿ ਪੱਕਾ ਹੈਗਾ ਹੈ, ਤੈਅ ਹੈਗਾ ਹੈ, ਮੰਨਿਆ ਨਹੀਂ ਜਾ ਸਕਦਾ, ਕਿਉਂਕਿ ਬਦਲਾਅ ਕਿਸੇ ਵੀ ਵੇਲੇ ਹੋ ਸਕਦਾ ਹੈ, ਚੇਂਜ ਕਿਸੇ ਵੀ ਵੇਲੇ ਹੋ ਸਕਦਾ ਹੈ ਔਰ ਉਹ ਚੇਂਜ ਕਿਤੇ ਨਾ ਕਿਤੇ ਹੁੰਦਾ ਨਜ਼ਰ ਆਇਆ। 360 ਡਿਗਰੀ ਦਾ ਜ਼ਿਕਰ ਪੰਕਜ ਵੀ ਕਰ ਰਹੇ ਸੀ, ਕਿਸ ਤਰੀਕੇ ਬਦਲੀ ਹੈ ਪੂਰੀ ਦੇ ਪੂਰੀ ਸਿਆਸਤ। ਵਿਧਾਨ ਸਭਾ ਇਜਲਾਸ ਚੱਲ ਰਿਹਾ ਸੀ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਬਿਲਕੁਲ ਇੱਕ ਬਿਲਕੁਲ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਨਜ਼ਰ ਆਏ ਸੀ, ਗਲ ਵਿੱਚ ਸੰਗਲਾ ਪਾ ਕੇ ਆਏ, ਕਰਜ਼ੇ ਦੀ ਪੰਡ ਚੁੱਕ ਕੇ ਆਏ, ਤੇ ਹੁਣ ਉਹੀ ਤਸਵੀਰ ਬਿਲਕੁਲ 360 ਡਿਗਰੀ ਚੇਂਜ ਹੈ। ਉਸ ਤਸਵੀਰ ਦੇ ਵਿੱਚ ਵਿਰੋਧ ਕਰ ਰਹੇ ਸੀ ਮੁੱਖ ਮੰਤਰੀ ਦਾ, ਇਸ ਤਸਵੀਰ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ, ਖੁਦ ਮੁੱਖ ਮੰਤਰੀ ਨੇ ਸ਼ਾਮਿਲ ਕਰਾਇਆ ਔਰ ਚਰਚਾ ਜਿਹੜੀ ਚੱਲ ਰਹੀ ਹੈ, ਹਾਲਾਂਕਿ ਕਿਆਸ ਨੇ ਔਰ ਚਰਚਾ ਜਿਹੜੀ ਹੈਗੀ ਹੈ, ਯਾਨੀ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਕਿ ਕੀ ਹੁਸ਼ਿਆਰਪੁਰ ਸੀਟ ਦਿੱਤੀ ਜਾ ਸਕਦੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਉੱਥੋਂ, ਇਹ ਵੀ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੋਵੇਗੀ। ਪੰਕਜ ਦਾ ਵਾਪਸ ਰੁਖ ਕਰਦੇ ਹਾਂ, ਪੰਕਜ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਮੁੱਖ ਮੰਤਰੀ ਸ਼ਾਮਿਲ ਕਰਾ ਰਹੇ ਨੇ ਪਾਰਟੀ ਦੇ ਵਿੱਚ, ਕਿੰਨਾ ਕੁ ਵੱਡੀ ਪੋਸੀਬਿਲਟੀ ਹੁਣ, ਕਿਉਂਕਿ ਅਸੀਂ ਦੇਖਿਆ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਟਿਕਟ ਦਿੱਤੀ ਗਈ ਹੈ ਪਾਰਟੀ ਦੇ ਵੱਲੋਂ, ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਬਣਾਇਆ ਗਿਆ, ਹੁਣ ਇਸ ਮਸਲੇ ਤੇ ਚਰਚਾ ਕਿ ਹੁਸ਼ਿਆਰਪੁਰ ਤੋਂ ਕੈਂਡੀਡੇਟਰ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਉਮੀਦਵਾਰੀ ਜਿਹੜੀ ਹੈਗੀ ਡਾਕਟਰ ਚੱਬੇਵਾਲ ਨੂੰ ਮਿਲ ਸਕਦੀ ਹੈ, ਇਸ ਮਸਲੇ ਤੇ ਚਰਚਾ। ਪੰਕਜ ਦੇਖੋ, ਕਿਉਂਕਿ ਆਮ ਆਦਮੀ ਪਾਰਟੀ ਨੇ ਕੱਲ੍ਹ ਹੀ 8 ਉਮੀਦਵਾਰਾਂ ਦਾ ਐਲਾਨ ਕੀਤਾ ਔਰ
ਉਸ ਦੇ ਵਿੱਚ ਪੰਜ ਮੰਤਰੀ ਜਿਹੜੇ ਮੈਦਾਨ ਦੇ ਵਿੱਚ ਉਤਾਰੇ ਗਏ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀਪੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ, ਲੇਕਿਨ ਹੁਸ਼ਿਆਰਪੁਰ ਦੀ ਸੀਟ ਉਹਨਾਂ ਨੇ ਖਾਲੀ ਰੱਖੀ, ਯਾਨੀ ਕਿ ਗੱਲਬਾਤ ਜਿਹੜੀ ਉਹ ਪਹਿਲਾਂ ਤੋਂ ਚੱਲ ਰਹੀ ਸੀ, ਇਸ ਕਰਕੇ ਹੁਸ਼ਿਆਰਪੁਰ ਦੀ ਸੀਟ 'ਤੇ ਆਪਣਾ ਕੈਂਡੀਡੇਟ ਅਨਾਊਂਸ ਨਹੀਂ ਕੀਤਾ। ਡਾਕਟਰ ਰਵਜੋਤ ਹੋਰਾਂ ਦਾ ਨਾਮ ਵੀ ਜਿਹੜਾ ਵੈ ਉਹ ਜ਼ਰੂਰ ਸਰਵੇ ਦੇ ਵਿੱਚ ਹੈ। ਇਸ ਤੋਂ ਇਲਾਵਾ ਜਿਹੜਾ ਧਾਕੜ ਅਫਸਰ ਦਾ ਨਾਮ ਚੱਲਿਆ ਸੀਗਾ, ਲੇਕਿਨ ਉਹ ਕੱਲ੍ਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਤਾਂ ਹੁਣ ਸਰਵੇ ਦੇ ਵਿੱਚ ਡਾਕਟਰ ਰਵਜੋਤ ਵੱਜਦੇ ਨੇ ਜਾਂ ਰਾਜਕੁਮਾਰ ਚੱਬੇਵਾਲ ਵੱਜਦੇ ਨੇ। ਚੱਬੇਵਾਲ ਇਸ ਕਰਕੇ ਵੀ ਮਜ਼ਬੂਤ ਹੋ ਜਾਂਦੇ ਨੇ ਕਿਉਂਕਿ ਮੌਜੂਦਾ ਵਿਧਾਇਕ ਨੇ, ਵਿਧਾਇਕ ਸੀਗੇ, ਔਰ ਇਸ ਦੇ ਨਾਲ ਨਾਲ ਵਿਧਾਨ ਸਭਾ ਦੇ ਅੰਦਰ ਡਿਪਟੀ LOP ਸੀਗੇ। ਜੇਕਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਕਿਤੇ ਨਾ ਕਿਤੇ ਕਮਿਟਮੈਂਟ ਉਹਨਾਂ ਦੇ ਨਾਲ ਹੋਈ ਹੋਏਗੀ ਕਿ ਤੁਹਾਨੂੰ ਇਲੈਕਸ਼ਨ ਜਿਹੜਾ ਵਾ ਉਹ ਲੜਾਇਆ ਜਾ ਸਕਦਾ ਵਾ ਔਰ ਜਿੱਤਣ ਦੀ ਕੈਪੇਬਿਲਿਟੀ ਵੀ ਜ਼ਿਆਦਾ ਵੈ, ਕਿਉਂਕਿ ਉੱਥੋਂ ਬ੍ਰਹਮ ਸ਼ੰਕਰ ਜਿੰਪਾ ਵੀ ਆਉਂਦੇ ਨੇ ਔਰ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਦੇ ਵਿੱਚ ਮਜ਼ਬੂਤ ਪੋਜੀਸ਼ਨ ਦੇ ਵਿੱਚ ਨਜ਼ਰ ਆਉਂਦੀ ਹੈ। ਤਾਂ ਇਹ ਇਸ ਵਜ੍ਹਾ ਕਰਕੇ ਵੀ ਕਿਤੇ ਨਾ ਕਿਤੇ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ 'ਚ ਆਏ ਹੋਣਗੇ, ਕਿਉਂਕਿ ਕੋਈ ਵੀ ਸਿਆਸੀ ਲੀਡਰ ਜਿਹੜਾ ਵੈ ਉਹ ਆਪਣਾ ਪਰਸਨਲ ਮੁਨਾਫਾ ਫਾਇਦਾ ਜ਼ਰੂਰ ਦੇਖਦਾ ਵੈ, ਕਿਉਂਕਿ 360 degree ਦਾ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਸੀਗਾ ਕਿਉਂਕਿ ਇਹੀ ਉਹ ਰਾਜਕੁਮਾਰ ਚੱਬੇਵਾਲ ਨੇ ਜਿਹੜੇ ਇੱਕ ਹਫ਼ਤਾ ਪਹਿਲਾਂ ਵਿਧਾਨ ਸਭਾ ਦੇ ਅੰਦਰ ਸਭ ਤੋਂ ਜ਼ਿਆਦਾ ਅਤੇ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਸੀ, ਸੰਗਲ ਲੈ ਕੇ ਔਰ ਪੰਡ ਲੈ ਕੇ। ਉਸ ਵੇਲੇ ਇਹਨਾਂ ਨੇ ਸਭ ਤੋਂ ਜ਼ਿਆਦਾ ਸੁਰਖੀਆਂ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਤੇ ਜਿਹੜਿਆ ਵਾ ਉਹ ਸਭ ਤੋਂ ਜ਼ਿਆਦਾ ਲਈਆਂ ਸੀਗੀਆਂ, ਔਰ ਹੁਣ ਸੁਰਖੀਆਂ ਦੇ ਵਿੱਚ ਜਾਂ ਪਹਿਲੀ ਹੈਡਲਾਈਨ ਦੇ ਵਿੱਚ ਉਸ ਵੇਲੇ ਆਏ ਜਦੋਂ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ। ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਵੀ ਨੇ ਭਗਵੰਤ ਮਾਨ, ਤਾਂ ਉਹਨਾਂ ਨੇ ਸਿੱਧੇ ਸ਼ਾਮਲ ਕਰਵਾਇਆ, ਤਾਂ ਸਿੱਧੇ ਉਹਨਾਂ ਦੀ ਐਂਟਰੀ ਜਿਹੜੀ ਕਰਵਾਉਣੀ ਇਹ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਉਹਨਾਂ ਨੂੰ ਕੰਸੀਡਰ ਕਰ ਸਕਦੀ ਹੈ ਜਾਂ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦੀ ਅਨਾਊਂਸਮੈਂਟ ਵੀ ਜਿਹੜੀ ਉਹ ਹੁਸ਼ਿਆਰਪੁਰ ਤੋਂ ਕੀਤੀ ਜਾ ਸਕਦੀ। ਹਾਲਾਂਕਿ ਸਿਆਸਤ ਦੇ ਵਿੱਚ ਕਿਸੇ ਵੇਲੇ ਕੋਈ ਵੀ ਸਮੀਕਰਨ ਬਦਲਿਆ ਜਾ ਸਕਦਾ, ਕੋਈ ਵੀ ਚੀਜ਼ ਪਰਮਾਨੈਂਟ ਤੈਅ ਨਹੀਂ ਹੁੰਦੀ। ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਇਹ ਚਾਂਸਿਸ ਜ਼ਿਆਦਾ ਨੇ ਕਿ ਰਾਜਕੁਮਾਰ ਚੱਬੇਵਾਲ ਦੇ ਜਿਹੜੇ ਨੇ ਉਹ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣ ਦੇ। ਬਿਲਕੁਲ ਬਿਲਕੁਲ, ਇਸੇ ਕਰਕੇ ਚਾਂਸਿਸ ਜ਼ਿਆਦਾ ਨੇ। ਬਹੁਤ ਸ਼ੁਕਰੀਆ ਪੰਕਜ ਇਸ ਤਮਾਮ ਜਾਣਕਾਰੀ ਦੇ ਲਈ। ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ, ਔਰ ਆਪਣੇ ਆਪ ਵਿੱਚ ਇੰਟਰਸਟਿੰਗ ਇਹ ਹੈਗਾ ਕਿ ਇਸ ਤਸਵੀਰ ਦੇ ਵਿੱਚ ਜੇਕਰ ਲੋਕ ਸਭਾ ਚੋਣਾਂ ਦਾ ਇਤਿਹਾਸ ਜਿਹੜਾ ਹੈਗਾ ਹੁਸ਼ਿਆਰਪੁਰ ਦੀ ਸੀਟ ਦਾ ਉਸਦੇ ਅੰਕੜਿਆਂ ਨੂੰ ਦੇਖਿਆ ਜਾਵੇ, ਉਸਦੇ ਅੰਕੜਿਆਂ ਨੂੰ ਫੋਲਿਆ ਜਾਵੇ, ਤਾਂ ਪਿਛਲੀ ਚੋਣ ਦੇ ਵਿੱਚ 2019 ਦੀ ਚੋਣ ਜਿਹੜੀ ਸੀਗੀ ਉਸਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਸੈਕਿੰਡ ਪੋਜੀਸ਼ਨ 'ਤੇ ਸੀਗੇ, ਔਰ ਜਿਹੜਾ ਡਿਫਰੈਂਸ ਸੀਗਾ ਵੋਟ ਪਰਸੈਂਟ ਦਾ, ਜਿਹੜਾ ਡਿਫਰੈਂਸ ਸੀਗਾ ਉਹ 5% ਵੋਟਾਂ ਦਾ ਡਿਫਰੈਂਸ ਸੀਗਾ। ਰਾਜਕੁਮਾਰ ਚੱਬੇਵਾਲ ਨੂੰ 37.63% ਵੋਟਾਂ ਮਿਲੀਆਂ ਸਨ, ਔਰ ਸੋਮ ਪ੍ਰਕਾਸ਼ ਜਿਹੜੇ ਕੇਂਦਰ ਵਿੱਚ ਮੰਤਰੀ ਵੀ ਨੇ ਇਸ ਵੇਲੇ, ਉਹਨਾਂ ਨੂੰ 42.52% ਵੋਟਾਂ ਮਿਲੀਆਂ ਸਨ। ਉੱਥੇ ਹੀ ਜਿਹੜਾ ਫੈਕਟਰ ਹੈਗਾ, ਇੱਕ ਫੈਕਟਰ ਇਹ ਹੈ ਕਿ ਡਾਕਟਰ ਰਵਜੋਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ 2019 ਦੇ ਵਿੱਚ, ਉਹਨਾਂ ਨੂੰ 4.53% ਵੋਟਾਂ ਮਿਲੀਆਂ ਸਨ। ਸੋ 37 ਤੇ 4 ਨੂੰ ਜੇਕਰ ਜੋੜ ਦਿੱਤਾ ਜਾਵੇ 41% ਹੋਰ, 42% ਤੋਂ ਉੱਪਰ ਜੇਕਰ ਵੋਟਾਂ ਮਿਲ ਜਾਂਦੀਆਂ ਨੇ ਤਾਂ ਫਿਰ ਜੇਤੂ ਹੋ ਸਕਦੇ ਨੇ, ਲੋਕ ਸਭਾ ਚੋਣਾਂ ਦੇ ਲਈ ਮਜ਼ਬੂਤ ਦਾਅਵੇਦਾਰੀ ਹੋ ਸਕਦੀ ਹੈ। ਔਰ ਇਹ ਅੰਕੜਾ ਹੈਗਾ, ਇਹ ਉਹ ਅੰਕੜਾ ਹੈਗਾ ਜਿਹੜਾ ਇੰਪੈਕਟ ਪਾਉਂਦਾ ਹੈ ਕਿ ਕਿਸ ਤਰੀਕੇ ਅਸਰ ਪਿਆ ਸੀਗਾ। ਹਾਲਾਂਕਿ ਬਹੁਜਨ ਸਮਾਜਵਾਦੀ ਪਾਰਟੀ ਜਿਹਨਾਂ ਦੇ ਕੈਂਡੀਡੇਟ 3ਜੇ ਨੰਬਰ 'ਤੇ ਰਹੇ ਸੀਗੇ ਉਸ ਚੋਣ ਦੇ ਵਿੱਚ, ਸੋ ਉਹ ਆਪਣੇ ਆਪ ਵਿੱਚ ਅਹਿਮ ਹੈ, ਉਸਦਾ ਇੱਕ ਫੈਕਟਰ ਅਹਿਮ ਹੈਗਾ। ਪਰ ਜਦੋਂ ਦੋ ਵੱਡੀਆਂ ਪਾਰਟੀਆਂ ਇਕੱਠੇ ਆ ਜਾਣ, ਜਾਂ ਇਹ ਕਹਿ ਲਿਆ ਜਾਵੇ ਕਿ ਕਾਂਗਰਸ ਹੁਣ ਇਸ ਸੀਟ ਤੋਂ ਕਿਸ ਨੂੰ ਲੈ ਕੇ ਆਏਗੀ, ਇਹ ਵੀ ਆਪਣੇ ਆਪ ਵਿੱਚ ਵੱਡਾ ਸਵਾਲ ਰਹੇਗਾ। ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੌਣ ਹੋਣਗੇ, ਕਾਂਗਰਸ ਦੀ ਐਗਜ਼ਿਸਟੈਂਸ ਜਿਹੜੀ ਹੈਗੀ, ਔਰ ਜਿਹੜਾ ਇਹ ਵੋਟ ਬੈਂਕ ਸੀਗਾ, ਜਿਹੜਾ ਇਹ ਵੋਟ ਸ਼ੇਅਰ ਸੀਗਾ, ਕੀ ਇਕੱਲਾ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅਗਵਾਈ ਦੇ ਵਿੱਚ ਇਹ ਵੋਟ ਸ਼ੇਅਰ ਮਿਲਿਆ ਸੀ? ਕਿਉਂਕਿ ਉਹਨਾਂ ਤੋਂ ਪਹਿਲਾਂ ਜੇਕਰ ਕਾਂਗਰਸ ਕੈਂਡੀਡੇਟਸ ਦੀ ਗੱਲ ਕਰੀਏ, ਇਸੇ ਸੀਟ 'ਤੇ 2014 ਦੀ ਗੱਲ ਕਰੀਏ, ਤਾਂ 2014 ਦੇ ਵਿੱਚ ਪਾਰਟੀ ਨੇ ਮਹਿੰਦਰ ਸਿੰਘ ਕੇਪੀ ਨੂੰ ਇੱਥੋਂ ਉਤਾਰਿਆ ਸੀਗਾ, 3,33,061 ਵੋਟਾਂ ਉਹ ਵੀ ਲੈ ਗਏ ਸੀਗੇ, 34.5
6.4% ਵੋਟਾਂ ਉਹਨਾਂ ਨੂੰ ਮਿਲੀਆਂ ਸਨ। ਔਰ 2009 ਦੇ ਵਿੱਚ ਜਦੋਂ ਸੰਤੋਖ ਚੌਧਰੀ ਹੁੰਦੇ ਸੀ, ਸੰਤੋਖ ਚੌਧਰੀ ਜੇਤੂ ਰਹੇ ਸੀ 3,58,000। ਔਰ ਸਭ ਤੋਂ ਵੱਡੀ ਗੱਲ ਹੈ ਕਿ ਸੰਤੋਖ ਚੌਧਰੀ ਅਤੇ ਸੋਮ ਪ੍ਰਕਾਸ਼ ਦੇ ਵੇਲੇ ਉਸ ਵੇਲੇ ਸਭ ਤੋਂ ਟਾਈਟ ਇਹ ਕਹਿ ਲਿਆ ਜਾਵੇ ਕਿ ਫਾਈਟ ਦੇਖਣ ਨੂੰ ਮਿਲੀ ਸੀ 2009 ਦੇ ਵਿੱਚ, ਜਿਸ ਦੇ ਵਿੱਚ ਸਿਰਫ 0.04% ਵੋਟਾਂ ਦੇ ਫਰਕ ਦੇ ਨਾਲ ਸੰਤੋਖ ਚੌਧਰੀ ਜਿੱਤ ਗਏ ਸਨ। ਯਾਨੀ ਕੁਝ 100 ਵੋਟਾਂ ਦਾ ਫਰਕ ਸੀਗਾ ਜਿਸ ਨੇ ਲੋਕ ਸਭਾ ਚੋਣ ਦੇ ਵਿੱਚ ਡਾਕਟਰ ਸੰਤੋਖ ਚੌਧਰੀ ਨੂੰ ਜਿੱਤਾ ਦਿੱਤਾ ਸੀ। ਤੇ ਹੁਣ ਇਹ ਦੋ ਤਸਵੀਰਾਂ ਜਿਹੜੀਆਂ ਨੇ, ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਸੀਗੇ ਔਰ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ, ਟਿਕਟ ਦੇ ਵਿੱਚ ਉਹਨਾਂ ਦਾ ਟਿਕਟ ਦੀ ਲਿਸਟ ਦੇ ਵਿੱਚ ਨਾ ਆ ਜਾਂਦਾ, ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਡਾਕਟਰ ਰਾਜ ਕੁਮਾਰ ਚੱਬੇਵਾਲ ਸ਼ਾਮਿਲ ਹੋਏ ਨੇ ਪਾਰਟੀ ਛੱਡ ਕੇ, ਵਿਧਾਇਕੀ ਛੱਡ ਕੇ, ਡਿਪਟੀ ਲੀਡਰ ਆਫ ਓਪੋਜੀਸ਼ਨ ਦਾ ਅਹੁਦਾ ਛੱਡ ਕੇ। ਕੀ ਹੁਸ਼ਿਆਰਪੁਰ ਤੋਂ ਟਿਕਟ ਮਿਲੇਗੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ? ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਡਾਕਟਰ ਰਾਜ ਕੁਮਾਰ ਚੱਬੇਵਾਲ ਸਿਆਸੀ ਸਫ਼ਰ ਦੇਖੀਏ ਤਾਂ 2017 ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਪਹੁੰਚਦੇ ਨੇ, 2012 ਦੇ ਵਿੱਚ ਚੱਬੇਵਾਲ ਤੋਂ ਵਿਧਾਨ ਸਭਾ ਚੋਣ ਹਾਰ ਗਏ ਸੀ, 2009 ਦੇ ਵਿੱਚ ਕਾਂਗਰਸ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ, 2012 ਦੇ ਵਿੱਚ ਵਿਧਾਨ ਸਭਾ ਚੋਣ ਹਾਰ ਗਏ, 2017 ਦੇ ਵਿੱਚ ਪਹਿਲੀ ਵਾਰ ਪਹੁੰਚਦੇ ਨੇ ਵਿਧਾਨ ਸਭਾ, 2019 ਦੇ ਵਿੱਚ ਫਿਰ ਲੋਕ ਸਭਾ ਚੋਣ ਆਈ, ਉਹ ਲੜੀ ਸੀ ਉਹਨਾਂ ਨੇ ਪਰ ਹਾਰ ਗਏ ਸੀਗੇ ਜਿਸ ਤਰ੍ਹਾਂ ਅਸੀਂ ਅੰਕੜਾ ਦੱਸ ਰਹੇ ਸੀ ਆਪਣੇ ਦਰਸ਼ਕਾਂ ਨੂੰ। ਅਤੇ 2022 ਦੇ ਵਿੱਚ ਫਿਰ ਵਿਧਾਨ ਸਭਾ ਦੀ ਚੋਣ ਜਿੱਤ ਕੇ ਆਉਂਦੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ 2022 ਦੇ ਵਿੱਚ ਵਿਧਾਨ ਸਭਾ ਚੋਣ ਜਿੱਤਣ ਦਾ ਮਤਲਬ, ਜਿੱਥੇ ਇੱਕ ਪਾਸੇ ਥੰਪਿੰਗ ਮੈਜੋਰਟੀ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਸੀ, 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਨੇ ਪੰਜਾਬ ਦੇ ਲੋਕਾਂ ਨੇ ਜਿੱਤ ਕੇ, ਉਸ ਟਾਈਟ ਫਾਈਟ ਦੇ ਵਿੱਚ ਆਪਣੀ ਸੀਟ ਨੂੰ ਬਚਾ ਕੇ ਰੱਖਣਾ, 2022 ਦੇ ਵਿੱਚ ਦੂਜੀ ਵਾਰ ਲਗਾਤਾਰ ਚੋਣ ਜਿੱਤਣਾ, ਇਸ ਦਾ ਮਤਲਬ ਸਿੱਧਾ ਜਿਹਾ ਇਹ ਹੁੰਦਾ ਕਿ ਤੁਹਾਡਾ ਮਾਸਿਸ 'ਤੇ ਇੰਪੈਕਟ ਤਾਂ ਹੈਗਾ, ਯਾਨੀ ਜਨਤਾ ਦੇ ਵਿਚਾਲੇ ਤੁਹਾਡੀ ਪਕੜ ਤਾਂ ਹੈਗੀ ਹੈ। ਔਰ ਦੂਜੇ ਪਾਸੇ ਫਿਰ ਪਾਰਟੀ ਜਿਹੜੀ ਜ਼ਿੰਮੇਵਾਰੀ ਦਿੰਦੀ ਹੈ, ਡਿਪਟੀ ਲੀਡਰ ਆਫ ਓਪੋਜੀਸ਼ਨ ਬਣਾਇਆ ਗਿਆ ਸੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ, ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਸੈਕਿੰਡ ਨੰਬਰ ਡਿਪਟੀ ਲੀਡਰ ਆਫ ਓਪੋਜੀਸ਼ਨ, ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਸੀਗੇ, ਡਾਕਟਰ ਰਾਜ ਕੁਮਾਰ ਚੱਬੇਵਾਲ ਉਹਨਾਂ ਦੇ ਡਿਪਟੀ ਸੀਗੇ। ਤੇ ਹੁਣ ਸਵਾਲ ਇਹ ਹੈ ਕਿ ਕੀ ਹੁਸ਼ਿਆਰਪੁਰ ਤੋਂ ਟਿਕਟ ਮਿਲੇਗੀ ਉਹਨਾਂ ਨੂੰ? ਹਾਲਾਂਕਿ ਇਹ ਫੈਸਲਾ ਪਾਰਟੀ ਦਾ, ਪੂਰੇ ਤੌਰ 'ਤੇ ਇਹ ਪਾਰਟੀ ਦਾ ਫੈਸਲਾ ਹੋਏਗਾ, ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਚਰਚਾ ਕੀਤੀ ਜਾਵੇਗੀ, ਲੋਕਲ ਲੀਡਰਸ਼ਿਪ ਜਿਹੜੀ ਹੈਗੀ ਉਸ ਦੇ ਨਾਲ ਵੀ ਗੱਲਬਾਤ ਹੋਵੇਗੀ, ਹਾਈਕਮਾਨ ਦੇ ਸਾਹਮਣੇ ਵੀ ਸਾਰਾ ਮਸਲਾ ਜਿਹੜਾ ਹੈਗਾ ਉਹ ਰੱਖਿਆ ਜਾਵੇਗਾ, ਕਿਸ ਤਰੀਕੇ ਸਮੀਕਰਨ ਜਿਹੜੇ ਹੈਗੇ। ਕਿਉਂ ਇਸ ਵਾਰ ਜਿਹੜਾ ਨਾਰਾ ਦਿੱਤਾ, ਖੁਦ ਮੁੱਖ ਮੰਤਰੀ ਨੇ ਨਾਰਾ ਦਿੱਤਾ 13-0 ਦਾ।